ਦਸਵੀਂ ਦੇ ਨਤੀਜਿਆਂ ਜਿਹੜਾ ਕਿ ਐਲਾਨ ਹੋ ਚੁੱਕਿਆ ਹੈ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸਕੂਲ ਦੇ ਵਿੱਚ ਜਿਹੜੇ ਕਿ ਕੁੜੀਆਂ ਨੇ ਜਿਹੜੇ ਕਿ ਇੱਕ ਵਾਰ ਫਿਰ ਤੋਂ ਜਿਹੜੀ ਬਾਜ਼ੀ ਮਾਰੀ ਹੈ ਨਤੀਜਿਆਂ ਵਿੱਚ ਬਾਜ਼ੀ ਮਾਰੀ ਹੈ ਸਾਡੇ ਨਾਲ ਕੁੜੀ ਵਿਦਿਆਰਥਣ ਮੌਜੂਦ ਨੇ ਜਿਨ੍ਹਾਂ ਨੇ ਕਿ ਪਹਿਲਾ ਸਥਾਨ ਜਿਹੜਾ ਕਿ ਹਾਸਲ ਕੀਤਾ ਗੱਲ ਕਰਨ ਦੀ ਗੱਲ ਕਰਾਂਗੇ ਬੇਟੇ ਕੀ ਨਾਮ ਹੈ ਅਦਿਤੀ ਅਦਿਤੀ ਬੇਟੇ ਕਿੰਨੇ ਨੰਬਰਾਂ ਕਿੰਨੇ ਨੰਬਰ ਤੁਹਾਡੇ ਆਏ 100% ਆਏ 650 ਆਊਟ ਆਫ 650 100 ਦੇ ਵਿੱਚੋਂ 100 ਨੰਬਰ ਲੈ ਕੇ ਆਏ ਕਿੱਦਾਂ ਦੀ ਮਿਹਨਤ ਰਹੀ ਆ ਇੰਨੇ ਸਾਲ ਦੀ ਜਿਹੜੀ ਮਿਹਨਤ ਹੁੰਦੀ ਆ ਕਰਦੇ ਹੋ ਕਿੰਨੀ ਚਿਰ ਪੜ੍ਹਾਈ ਕਰਦੇ ਹੋ ਪੜ੍ਹਾਈ ਕਦੇ 1 ਵਜ ਜਾਂਦੇ ਸੀ ਕਦੇ ਪੂਰੀ ਰਾਤ ਲੱਗ ਜਾਂਦੀ ਸੀ ਬਸ ਉਹਦੇ ਸਿਲੇਬਸ ਅਕੋਰਡਿੰਗ ਹੁੰਦਾ ਸੀ ਪੜ੍ਹਾਈ ਸਿਲੇਬਸ ਅਕੋਰਡਿੰਗ ਅੱਛਾ ਸਕੂਲ ਦੇ ਵਿੱਚ ਮੈਡਮਾਂ ਦਾ ਕਿੱਦਾਂ ਇੱਕ ਰੋਲ ਹੁੰਦਾ ਵਾ ਪੇਰੈਂਟਸ ਦਾ ਰੋਲ ਹੁੰਦਾ ਵਾ ਟੀਚਰ ਦਾ ਰੋਲ ਹੁੰਦਾ ਤੁਸੀਂ ਕਿਹਨੂੰ ਰੋਲ ਸਾਹਮਣਾ ਕਿਹਦਾ ਮੰਨਦੇ ਹੋ ਕਿ ਪੜ੍ਹਾਈ ਦੇ ਵਿੱਚ ਜਿਹੜਾ ਕਿ ਤੁਸੀਂ ਪਹਿਲੇ ਨੰਬਰ 'ਤੇ ਪੇਰੈਂਟਸ ਅਤੇ ਟੀਚਰਸ ਦਾ ਦੋਨਾਂ ਦੀ ਮਿਹਨਤ ਨਾਲ ਮੇਰਾ ਇੱਥੇ ਹੈਗੀ ਆ ਜੇ ਇਹ ਨਹੀਂ ਹੁੰਦੇ ਨਾ ਇਹਨਾਂ ਨੇ ਮੋਟੀਵੇਟ ਨਹੀਂ ਕਰਨਾ ਸੀ ਤਾਂ ਫਿਰ ਮੈਂ ਨਹੀਂ ਹੁੰਦਾ ਅੱਛਾ ਤੁਸੀਂ ਪਹਿਲਾ ਨੰਬਰ 'ਤੇ ਤੁਸੀਂ ਆਏ ਹੋ ਕਿੰਨੇ ਤੋਂ ਕਿੰਨੇ ਵਜੇ ਤੱਕ ਜਿਹੜੀ ਪੜ੍ਹਾਈ ਕਰਦੇ ਸੀਗੇ ਜਾਂ ਟਿਊਸ਼ਨ ਵਗੈਰਾ ਵੀ ਕਰਦੇ ਤੁਸੀਂ ਟਿਊਸ਼ਨ ਕੋਈ ਨਹੀਂ ਸੀਗੀ ਬਸ ਆਪੇ ਪੜ੍ਹਾਈ ਕਰਦੇ ਸੀ ਕੋਨਸੈਪਟ ਜੋ ਸਕੂਲੇ ਕਰਾਉਂਦੇ ਸੀ ਉਹ ਸਮਝ ਲੈਂਦੇ ਸੀ ਜੇ ਕੋਈ ਪ੍ਰੋਬਲਮ ਹੁੰਦੀ ਤਾਂ ਸਕੂਲੇ ਆ ਕੇ ਮੈਮ ਤੋਂ ਪੁੱਛ ਲੈਂਦੇ ਸੀ ਅੱਛਾ ਕਦੀ ਮਹਿਸੂਸ ਹੋਇਆ ਵੀ ਹੁਣ ਸਾਰਾ ਸਾਲ ਬੱਚਾ ਮਿਹਨਤ ਕਰਦਾ ਰਹਿੰਦਾ ਐਂਡ 'ਤੇ ਜਦੋਂ ਪ੍ਰੀਖਿਆ ਹੁੰਦੀ ਆ ਇਗਜ਼ਾਮ ਹੁੰਦੇ ਨੇ ਉਦੋਂ ਕੀ ਮਨ ਦੇ ਵਿੱਚ ਕੀ ਆ ਰਿਹਾ ਸੀਗਾ ਮੈਂ ਹੁਣ ਫਸਟ ਆਉਣਾ ਜਾਂ ਕਿੱਦਾਂ ਸੈਕਿੰਡ ਜਾਂ ਕਿੱਦਾਂ ਕੀ ਮਨ 'ਚ ਕੀ ਆ ਰਿਹਾ ਸੀ ਉਸ ਟਾਈਮ ਮਨ 'ਚ ਬਸ ਡਰ ਸੀਗਾ ਕਿ ਕੀ ਬਣੂੰਗਾ ਕੀ ਨਹੀਂ ਕੁਛ ਪਤਾ ਨਹੀਂ ਸੀ ਬਲੈਂਕ ਸੀ ਪੂਰਾ ਅੱਛਾ ਜਦੋਂ ਰਿਜ਼ਲਟ ਆਉਣ ਵਾਲਾ ਸੀਗਾ ਫਿਰ ਟਿਕਟ ਕੀ ਲਗਾਈ ਹੋਈ ਸੀ ਵੀ ਹਾਂ ਵੀ ਦੇਖਾਂ ਰਿਜ਼ਲਟ ਪਹਿਲੇ ਨੰਬਰ 'ਤੇ ਲਿਸਟ ਚੈੱਕ ਕੀਤੀ ਜਦੋਂ ਬੰਦੇ ਨੂੰ ਹੁੰਦਾ ਹੀ ਹੈ ਜਦੋਂ ਰੈਂਕ ਲਿਸਟ ਚੈੱਕ ਕਰਦਾ ਨਾਮ ਆ ਗਿਆ ਆਪਣਾ ਮੈਂ ਤਾਂ ਕਲਾਸ 'ਚ ਸੀ ਮੈਮ ਨੇ ਆ ਕੇ ਦੱਸਿਆ ਕਿ ਮੇਰੇ ਟੌਪ ਆ ਮੈਂ ਕਲਾਸ 'ਚ ਪੜ੍ਹ ਰਹੀ ਸੀ ਹਾਂਜੀ ਅੱਛਾ ਤੁਹਾਡੀ ਫਰੈਂਡ ਵੀ ਜਿਹੜੀ ਕਿ ਸਕੂਲ ਦੀ ਜਿਹੜੀ ਕਿ ਸੈਕਿੰਡ ਨੰਬਰ 'ਤੇ ਆਈ ਹੈ ਅਲੀਸ਼ਾ ਨਾਮ ਹੈ ਹਾਂਜੀ ਅਲੀਸ਼ਾ ਨਾਮ ਅਸੀਂ ਫਰੈਂਡਸ ਨੇ ਮੇਰੇ ਬਹੁਤ ਵਧੀਆ ਨੇ ਖੁਸ਼ ਨੇ ਸਾਰੇ ਅੱਛਾ ਬੇਟੇ ਮਾਂ ਪਿਓ ਦਾ ਚਲੋ ਸਹਿਯੋਗ ਤਾਂ ਚਲੋ ਹੁੰਦਾ ਟੀਚਰ ਦਾ ਸਹਿਯੋਗ ਵੀ ਹੁੰਦਾ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ ਜਿਵੇਂ ਤੁਸੀਂ ਕਹਿੰਦੇ ਹੋ ਤੁਸੀਂ ਪਹਿਲੇ ਨੰਬਰ 'ਤੇ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਪਹਿਲੇ ਨੰਬਰ 'ਤੇ ਆਏ ਹੋ ਮਾਂ ਬਾਪ ਦਾ ਰੋਸ਼ਨ ਨਾਮ ਕੀਤਾ ਤੁਸੀਂ ਮੈਂ ਵੱਡੇ ਹੋ ਕੇ ਡਾਕਟਰ ਬਣਨਾ ਚਾਹੁੰਦੀ ਹਾਂ ਡਾਕਟਰ ਬਣ ਕੇ ਮੰਮਾ ਨੇ ਕਿਹਾ ਆ ਕਿ ਨਾ ਡਾਕਟਰ ਬਣ ਕੇ ਤੂੰ ਫ੍ਰੀ 'ਚ ਸਾਰਿਆਂ ਦੀ ਸੇਵਾ ਕਰੀ ਹਾਂਜੀ ਅਦਿਤੀ ਦੇ ਜਿਹੜੇ ਮਦਰ ਮੌਜੂਦ ਆ ਮੈਮ ਕੀ ਕਹਿਣਾ ਚਾਹੁੰਦੇ ਹੋ ਬੇਟੀ ਨੇ ਪੰਜਾਬ ਦੇ ਵਿੱਚ ਜਿਹੜਾ ਕਿ ਪਹਿਲਾ ਸਥਾਨ ਹਾਸਲ ਕੀਤਾ ਆ ਕੀ ਲੱਗ ਰਿਹਾ ਕੀ ਮਹਿਸੂਸ ਬਹੁਤ ਅੱਛਾ ਲੱਗ ਰਿਹਾ ਹੈ ਇਹ ਮੇਰੇ ਬਾਤ ਰੱਖੀ ਹੈ ਕਹਤੀ ਹੈ ਕਿ ਤੂੰ ਜੋ ਬੋਲੇਗੀ ਉਹ ਕਰੂੰਗੀ ਬੋਲੀ ਕੋਈ ਗੱਲ ਨਹੀਂ ਚਲੋ ਖੁਸ਼ੀ ਦੇ ਆਂਸੂ ਆ ਕੋਈ ਗੱਲ ਨਹੀਂ ਹਾਂਜੀ ਹਾਂਜੀ ਖੁਸ਼ੀ ਕਾ ਆਂਸੂ ਹੈ ਪਰ ਮੈਂ ਇਤਨਾ ਇਸ ਪੇ ਹੈ ਕਿ ਮੈਂ ਕਿਸੀ ਨੇ ਇਸਕੋ ਕੋਈ ਨਹੀਂ ਦੇਖਾ ਆਪਣੇ ਆਪ ਕਰੀ ਹੈ ਜੋ ਕਰੀ ਆਪਣੇ ਆਪ ਕਰੀ ਹੈ ਬਸ ਮੈਂ ਤਾਂ ਕੁਛ ਵੀ ਨਹੀਂ ਕਰਤੀ ਬਸ ਕਿਸਕਾ ਖਾਣਾ ਪੀਣਾ ਬਸ ਇਹੀ ਧਿਆਨ ਰੱਖਤੀ ਥੀ ਅੱਛਾ ਕਿ ਕਰੇ ਫਿਰ ਨਾਲ ਤੁਹਾਡੇ ਕੰਮ ਕੁੰਮ ਵੀ ਕਰਾਉਂਦੀ ਹੋਣੀ ਹੈ ਬੇਟੀ ਨਹੀਂ ਜੀ ਮੈਂ ਕੰਮ ਨਹੀਂ ਕਰਾਤੇ ਥੇ ਕਭੀ ਨਹੀਂ ਕਰ ਵਿੱਚ ਬੰਦਾ ਹੱਥ ਵਟਾ ਲੈਂਦਾ ਕਈ ਵਾਰ ਨਹੀਂ ਜੀ ਬਿਲਕੁਲ ਨਹੀਂ ਕਭੀ ਕੱਲ ਸਾਲ ਦੋ ਸਾਲ ਮੈਂ ਹੋ ਗਿਆ ਕਭੀ ਕੱਲ 6 ਮਹੀਨੇ ਪੇ ਇੱਕ ਵਾਰ ਕਰਦੇ ਕੰਮ ਨਹੀਂ ਕਰਾ ਦਿੱਤੇ ਅੱਛਾ ਸਾਲ ਦੀ ਬੱਚੇ ਦੀ ਮਿਹਨਤ ਹੁੰਦੀ ਹੈ ਕਦੀ ਬੱਚੇ ਨੂੰ ਡਾਂਟੇ ਡੂੰਟੇ ਨਹੀਂ ਵੀ ਪੜ੍ਹ ਲਾ ਤੇਰੇ ਪੇਪਰ ਨੇੜੇ ਆ ਗਏ ਜਿਵੇਂ ਮਾਂ ਪਿਓ ਕਹਿੰਦੇ ਹੁੰਦੇ ਨੇ ਉਹ ਵੀ ਨਹੀਂ ਮੈਂ ਇਤਨੇ ਬੋਲਤੀ ਤੇ ਜਾ ਪੜ੍ਹ ਲੈ ਇਹ ਵੀ ਬੋਲਤੀ ਤੇ ਮੈਨੂੰ ਪੜ੍ਹਨਾ ਹੈ ਕਿ ਜਾ ਪੜ੍ਹ ਲੈ ਅੱਛਾ ਮਨ ਦੇ ਵਿੱਚ ਜਿਵੇਂ ਬੇਟੀ ਨੇ ਕਿਹਾ ਕਿ ਮੈਂ ਡਾਕਟਰ ਬਣਾ ਤੁਸੀਂ ਕੀ ਕਿਹਾ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਬੇਟੀ ਡਾਕਟਰ ਬਣੇ ਕਿੱਦਾਂ ਦਾ ਸਹਿਯੋਗ ਰਹੇਗਾ ਤੁਹਾਡੇ ਵੱਲ ਨਹੀਂ ਪਹਿਲੇ ਤਾਂ ਮੈਂ ਹੀ ਬੋਲੀ ਤੀ ਡਾਕਟਰ ਬਣਾ ਫਿਰ ਬਾਅਦ ਮੈਂ ਬੋਲੀ ਕਿ ਮੈਂ ਪ੍ਰੈਸ਼ਰ ਨਹੀਂ ਡਾਲਣਾ ਜੋ ਇਸਕਾ ਦਿਲ ਕਰੇ ਵਹੀ ਕਰੇਗੀ ਇਹ ਬੋਲਤੀ ਜੋ ਆਪ ਬੋਲ ਦੇ ਇੱਕ ਵਾਰ ਤਾਂ ਮੈਂ ਵਹੀ ਕਰੂੰਗੀ ਜੀ ਬਿਲਕੁਲ ਅਦਿਤੀ ਨੇ ਜਿਹੜਾ ਕਿ 100 ਦੇ ਵਿੱਚ 100 ਨੰਬਰ ਜਿਹੜੇ ਕਿ ਨੰਬਰ ਉਹਨੇ ਪ੍ਰਾਪਤ ਕੀਤੇ ਨੇ ਹੋਰ ਵੀ ਇੱਥੇ ਬੱਚੀ ਹੈਗੀ ਜਿਹੜੀ ਕਿ ਸੈਕਿੰਡ ਨੰਬਰ 'ਤੇ ਆਈ ਹੈ ਉਹਨਾਂ ਵੀ ਗੱਲਬਾਤ ਕਰਾਂਗੇ ਬੇਟੀ ਕੀ ਨਾਮ ਅਲੀਸ਼ਾ ਸ਼ਰਮਾ ਅਲੀਸ਼ਾ ਸ਼ਰਮਾ ਅੱਛਾ ਕਿੰਨੇ ਚੋਂ ਕਿੰਨੇ ਜਿਹੜੇ ਨੰਬਰ ਤੁਸੀਂ ਲੈ ਕੇ ਆਏ 650 ਚੋਂ 645 ਆਏ ਨੇ ਅੱਛਾ ਤੇ ਕਿੰਨੀ ਚਿਰ ਜਿਹੜੀ ਮਿਹਨਤ ਕਰਦੇ ਸੀ ਸਾਰਾ ਦਿਨ ਤੁਸੀਂ ਮਿਹਨਤ ਕਰਦੇ ਸੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਕਿੰਨੇ ਚਿਰ ਮਿਹਨਤ ਕਰਦੇ ਜਿੰਨਾ ਟਾਈਮ ਲੱਗ ਸਕਦਾ ਜ਼ਿਆਦਾ ਤੋਂ ਜ਼ਿਆਦਾ ਲਗਾਉਂਦੇ ਸੀਗੇ ਮਤਲਬ ਜਿੰਨਾ ਕੰਮ ਕੰਪਲੀਟ ਹੋ ਸਕੇ ਅਤੇ ਉਹ ਤੋਂ ਐਕਸਟਰਾ ਕੀ ਕਰ ਸਕੀਏ ਮਤਲਬ ਸ਼ਡਿਊਲ ਬਣਾ ਕੇ ਕੰਮ ਕਰਦੇ ਸੀ
ਅੱਛਾ, ਅਦਿਤੀ ਨੇ ਜਿਹੜਾ ਕਿ ਪਹਿਲਾ ਨੰਬਰ 'ਤੇ ਜਿਹੜਾ ਰੈਂਕ ਜਿਹੜਾ ਹਾਸਲ ਕੀਤਾ ਹੈ ਪੰਜਾਬ ਦੇ ਵਿੱਚ, ਪਹਿਲੇ ਨੰਬਰ 'ਤੇ ਆਈ ਹੈ ਰਿਜ਼ਲਟ ਦੇ ਵਿੱਚ, ਤੁਸੀਂ ਸੈਕਿੰਡ ਨੰਬਰ 'ਤੇ ਆਏ ਹੋ, ਕਦੇ ਲੱਗਿਆ ਨਹੀਂ ਗਿਆ ਵੀ ਉਹ ਅੱਗੇ ਨਿਕਲ ਗਈ ਜਾਂ ਪਿੱਛੇ ਮੈਂ ਰਹਿ ਗਈ? ਨਹੀਂ, ਇੱਦਾਂ ਕੁਛ ਨਹੀਂ ਲੱਗਿਆ ਹੈਗਾ। ਉਹ ਹੁਣ ਜਿੰਨਾ ਬੋਰਡ 'ਚ ਚੈਕਿੰਗ ਦੇ ਹਿਸਾਬ ਨਾਲ ਸਾਡਾ ਰਿਜ਼ਲਟ ਹੈ, ਸੈਟਿਸਫਾਈਡ ਹੈ। ਅੱਛਾ, ਤੁਸੀਂ ਕਦੀ ਟਿਊਸ਼ਨ ਵਗੈਰਾ ਵੀ ਲਿੱਤੀ ਹੈ? ਕਿਉਂਕਿ ਆਮ ਤੌਰ ਜਿਹੜਾ ਦੇਖਦੇ ਹੋ ਨਾ ਕਿ ਬੱਚੇ ਸ਼ਾਮ ਨੂੰ ਟਿਊਸ਼ਨ ਵੀ ਅਲੱਗ ਤੋਂ ਪੜ੍ਹਦੇ ਨੇ, ਸਕੂਲ ਦੇ ਵਿੱਚ ਵੀ ਪੜ੍ਹਦੇ ਨੇ ਅਤੇ ਸ਼ਾਮ ਨੂੰ ਫਿਰ ਘਰ ਜਾ ਕੇ ਫਿਰ ਦੁਬਾਰਾ ਪੜ੍ਹਦੇ ਨੇ, ਤੁਹਾਡੇ ਵੱਲੋਂ ਦਿਨ ਚਰਿਆ ਕਿੱਦਾਂ ਦੀ ਹੁੰਦੀ ਸੀ ਤੁਹਾਡੀ ਸਾਰੀ? ਮੈਂ ਟਿਊਸ਼ਨ ਨਹੀਂ ਜਾਂਦੀ ਸੀ ਕਿਉਂਕਿ ਮੈਂ ਟਿਊਸ਼ਨ ਸਮਝਦੀ ਹਾਂ ਟਾਈਮ ਵੇਸਟੇਜ ਆ, ਤਾਂ ਮੈਂ ਟਿਊਸ਼ਨ ਨਹੀਂ ਜਾਂਦੀ ਸੀ ਬਿਕੋਜ਼ ਉਹਦੇ ਨਾਲ ਇਹ ਹੁੰਦਾ ਕਿ ਕੰਸੈਪਟ ਕਲੀਅਰ ਨਹੀਂ ਹੁੰਦੇ। ਅਗਰ ਆਪਾਂ ਟੀਚਰਸ ਦੇ ਅਲੱਗ ਪੜ੍ਹ ਰਹੇ ਹਾਂ, ਸਾਰਿਆਂ ਦਾ ਅਲੱਗ ਅਲੱਗ ਕੋਚਿੰਗ ਇੰਸਟੀਟਿਊਟ ਦਾ ਅਲੱਗ ਅਲੱਗ ਆਪਣਾ ਕੰਸੈਪਟ ਹੁੰਦਾ, ਉਹਨਾਂ ਨੇ ਅਲੱਗ ਸਿਖਾਉਣਾ ਅਤੇ ਟੀਚਰ ਨੇ ਅਲੱਗ ਸਿਖਾਉਣਾ ਵਾ, ਅਤੇ ਫਿਰ ਉਹ ਮਿਕਸਅਪ ਹੋ ਜਾਂਦਾ ਹੈ ਅਤੇ ਫਿਰ ਉਹ ਹੋ ਨਹੀਂ ਪਾਉਂਦਾ। ਦੈਟਸ ਵਾਈ ਮੈਂ ਟਿਊਸ਼ਨ ਨਹੀਂ ਰੱਖੀ। ਅੱਛਾ, ਮੈਨੂੰ ਮਦਰ ਵੀ ਹੈਗੇ ਨਾ, ਗੱਲਬਾਤ ਕਰਾਂਗੇ। ਮੈਮ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਮਤਾ। ਕੀ ਲੱਗਦਾ ਅਲੀਸ਼ਾ ਬੇਟੀ ਨੇ ਜਿਹੜਾ ਕਿ ਦੂਜੇ ਨੰਬਰ 'ਤੇ ਜਿਹੜਾ ਕਿ ਸਥਾਨ ਪ੍ਰਾਪਤ ਕੀਤਾ ਪੂਰੇ ਪੰਜਾਬ ਦੇ ਵਿੱਚੋਂ, ਕਿੱਦਾਂ ਦਾ ਮਹਿਸੂਸ ਹੋ ਰਿਹਾ? ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ। ਹਾਂਜੀ। ਹਾਂਜੀ। ਅੱਛਾ, ਰਿਸ਼ਤੇਦਾਰਾਂ ਦੇ ਫੋਨ ਆਏ ਕਿਤੇ ਵੀ ਸਾਡੀ ਬੇਟੀ? ਫੋਨ ਆ ਰਹੇ ਨੇ, ਬਹੁਤ ਜ਼ਿਆਦਾ ਫੋਨ ਆ ਰਹੇ ਨੇ। ਹਾਂਜੀ ਹਾਂਜੀ, ਵਧਾਈਆਂ ਦਿੱਤੀਆਂ ਜਾ ਰਹੀਆਂ। ਹਾਂਜੀ ਹਾਂਜੀ, ਵਧਾਈਆਂ ਦਿੱਤੀ ਜਾ ਰਹੀਆਂ। ਹਾਂਜੀ ਬੇਟੀ ਨੇ, ਬੇਟੀ ਤੂੰ ਕੀ ਬਣਨਾ ਚਾਹੀਦਾ? ਮੈਂ ਡਾਕਟਰ ਬਣਨਾ। ਅਸੀਂ ਉਹਨਾਂ ਵੀ ਗੱਲਬਾਤ ਕੀਤੀ ਹੈ, ਅਦਿਤੀ ਨਾਲ ਵੀ, ਉਹ ਵੀ ਕਹਿੰਦੇ ਮੈਂ ਡਾਕਟਰ ਬਣਨਾ ਵਾ, ਅਲੀਸ਼ਾ ਵੀ ਕਹਿੰਦੇ ਮੈਂ ਡਾਕਟਰ ਬਣਨਾ ਆ, ਤੇ ਤੁਹਾਡੇ ਵੱਲੋਂ ਕਿੱਦਾਂ ਰਿਹਾ? ਹਾਂਜੀ ਹਾਂਜੀ, ਇੱਦਾਂ ਹੀ ਬਣਾਓ, ਜੋ ਕਹੋਗੇ ਉਹੀ ਬਣਾਵਾਂਗੇ ਜੀ। ਤੁਹਾਨੂੰ ਨਹੀਂ ਲੱਗਦਾ ਕਿ ਅਲੀਸ਼ਾ ਤੇ ਅਦਿਤੀ ਨੇ ਇਕੱਠੀ ਸਲਾਹ ਕਰਕੇ ਗਿਆ ਡਾਕਟਰ? ਨਹੀਂ, ਫਰੈਂਡ ਸਰਕਲ ਤਾਂ ਫਿਰ ਜੋ ਫਰੈਂਡ ਸਰਕਲ 'ਚ ਹੋ ਗਿਆ ਉਹੀ ਆ, ਕਿਉਂਕਿ ਇਹ 4-5 ਕੁੜੀਆਂ ਨੇ ਜਿਹੜੀਆਂ ਆਪਸ 'ਚ ਵੀ ਬਹੁਤ ਫਰੈਂਡ ਉਹ ਨੇ, ਤਾਂ ਕਰਕੇ ਕਹਿੰਦੀ ਵੀ ਸਾਰੀਆਂ ਸੀ ਵੀ ਆਹੀ ਨੋਨ ਮੈਡੀਕਲ ਹੀ ਕਰਨੀ, ਮੈਡੀਕਲ। ਅੱਛਾ, ਤੁਸੀਂ ਕੀ ਕਹਿੰਦੇ ਹੋ ਕਿ ਜਿਵੇਂ ਕਿ ਬੇਟੀ ਕਹਿੰਦੀ ਮੈਂ ਡਾਕਟਰ ਬਣਨਾ, ਤੁਹਾਡੇ ਮਨ 'ਚ ਕੋਈ ਹੋਰ ਚੀਜ਼ ਹੈ ਕਿ ਬੇਟੀ ਵੱਡੇ ਹੋ ਕੁਛ ਹੋਰ? ਜਿਹਦੇ ਇਸ ਤੋਂ ਵੱਡੀ ਹੋਰ ਚੀਜ਼ ਕੀ ਆ, ਜੋ ਆਪਣੇ ਬੱਚੇ ਨੇ ਪਹਿਲੇ ਚੂਜ਼ ਕਰ ਲਿਆ, ਇਸ ਤੋਂ ਵੱਡਾ ਤਾਂ ਕੁਛ ਹੋ ਹੀ ਨਹੀਂ ਸਕਦਾ। ਜੀ ਫਾਦਰ ਸਾਹਿਬ ਜੀ, ਅਲੀਸ਼ਾ 'ਤੇ ਗੱਲਬਾਤ ਕਰਾਂਗੇ? ਹਾਂਜੀ, ਮੈਂ ਅਸੀਂ ਡਾਕਟਰੀ ਬਣਾਉਣਾ ਚਾਹੁੰਦੇ ਹਾਂ ਜੀ। ਹਾਂਜੀ। ਅੱਛਾ, ਵੀ ਅਸੀਂ ਨਾ ਅਦਿਤੀ ਨਾਲ ਵੀ ਗੱਲਬਾਤ ਕੀਤੀ ਸੀ ਪੇਰੈਂਟਸ ਨਾਲ, ਜਿਵੇਂ ਕਿ ਬੱਚਾ ਪੜ੍ਹਦਾ ਰਹਿੰਦਾ ਸਾਰਾ ਸਾਲ, ਕਦੀ ਤੁਸੀਂ ਡਾਂਟਿਆ ਨੂੰ ਵੀ ਬੇਟੇ ਪੜ੍ਹ ਲਾ ਜਾਂ ਕੁਛ ਗੱਲਬਾਤ ਹੋਈ ਕਰੀ ਇੱਦਾਂ ਕਰੀ? ਨਹੀਂ, ਐਂ ਤਾਂ ਨਹੀਂ ਕਦੇ ਗਿਆ ਜੀ। ਵਿਚਾਰੀ ਸਕੂਲੋਂ ਆ ਕੇ ਆਪ ਹੀ ਲੱਗ ਜਾਂਦੀ ਸੀ ਅਤੇ ਰਾਤ ਨੂੰ ਆਪ ਹੀ ਪੜ੍ਹੀ ਜਾਂਦੀ ਸੀ, ਕਦੋਂ ਸੁਣਦੀ ਸੀ ਮਤਲਬ ਕਿਤਾਬਾਂ ਤੋਂ ਪ੍ਰਸੁੱਤੀ ਹੁੰਦੀ ਸੀ, ਸਵੇਰੇ ਅਸੀਂ ਦੇਖਦੇ ਸੀ ਫਿਰ ਇਹਨੂੰ ਉਠਾਉਂਦੇ ਸੀ, ਉੱਥੇ ਸੋ ਜਾਂਦੀ ਸੀ ਕਮਰੇ 'ਚ ਅਲੱਗ ਰੂਮ ਇਹਦਾ। ਨਹੀਂ, ਰਿਸ਼ਤੇਦਾਰਾਂ ਦਾ ਫੋਨ ਤੋਂ ਵਜੀ ਰਹੇ ਨੇ ਜਾਲੇ ਆਈ ਜਾਣੇ ਫੋਨ ਤੋਂ ਜਿਉਂ ਜੀ। ਬਿਲਕੁਲ, ਤੇਜਾ ਸਿੰਘ ਸਕੂਲ ਜਿਹੜਾ ਹੈਗਾ ਕਿ ਇੱਥੇ ਦੀ ਜਿਹੜੀ ਕੁੜੀਆਂ ਨੇ ਜਿਹੜੇ ਕਿ 10ਵੀਂ ਦੇ ਨਤੀਜਿਆਂ ਵਿੱਚ ਜਿਹੜੇ ਕਿ ਬਾਜੀ ਮਾਰੀ ਆ, ਜਿਹੜੀ ਕਿ ਗੱਲਬਾਤ ਕਰੀਏ, ਜਿਸ ਗੱਲਬਾਤ ਕੀਤੀ ਉਹਨਾਂ ਨਾਲ ਕੁੜੀਆਂ ਨਾਲ ਵੀ ਗੱਲਬਾਤ ਕੀਤੀ, ਕਹਿੰਦੇ ਵੱਡਿਆਂ ਕੋਈ ਡਾਕਟਰ ਬਣਨਾ ਚਾਹੁੰਦੇ ਆ, ਜੇਕਰ ਗੱਲ ਕਰੀਏ ਰਿਜ਼ਲਟ ਦੀ, ਰਿਜ਼ਲਟ ਦੀ ਅਲੀਸ਼ਾ ਅਤੇ ਅਦਿਤੀ, ਅਦਿਤੀ ਜਿਹੜੀ ਹੈ ਕਿ ਪਹਿਲੇ ਨੰਬਰ 'ਤੇ ਆਈ ਹੈ, ਅਲੀਸ਼ਾ ਜਿਹੜੀ ਕਿ ਦੂਜੇ ਨੰਬਰ 'ਤੇ ਆਈ ਹੈ, ਅਦਿਤੀ ਨੇ ਜਿਹੜਾ ਕਿ 100 ਦੇ ਵਿੱਚੋਂ 100 ਨੰਬਰ ਲੈ ਕੇ ਜਿਹੜਾ ਕਿ ਪਹਿਲਾ ਜਿਹੜਾ ਸਥਾਨ ਹਾਸਲ ਕੀਤਾ ਹੈ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।